ਬਚੂ ਸਸ਼ੇਕਲ ਤੋਂ ਸਭ ਤੋਂ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਚਲਿਆ ਹਾਂ ਪਾਣੀ ਬਚਾਓ ਦੇ ਉੱਤੇ ਇਹ 100 ਸ਼ਬਦਾਂ ਦਾ 에ਸੇ ਜੋ ਕਿ 슬ੋਗਨ ਦੇ ਨਾਲ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਟਾਪਿਕ ਹੈ ਇਸ ਦਾ ਪਾਣੀ ਬਚਾਓ ਪੈਸਾ ਤਾਂ ਤਿੰਨ ਪੀੜੀਆਂ ਲਈ ਇਕੱਠਾ ਕਰ ਲੋ ਪਰ ਪਾਣੀ ਤਾਂ ਅਗਲੀ ਪੀੜੀ ਲਈ ਵੀ ਨਹੀਂ ਬਚਣਾ ਪਾਣੀ ਕੁਦਰਤ ਵੱਲੋਂ ਦਿੱਤੀ ਇੱਕ ਅਨਮੋਲ ਤੋਹਫਾ ਹੈ ਪਾਣੀ ਤੋਂ ਬਿਨਾ ਧਰਤੀ ਉੱਪਰ ਜੀਵਨ ਅਸੰਭਵ ਹੈ ਪਾਣੀ ਮਨੁੱਖ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਧਰਤੀ ਦਾ ਲਗਭਗ 71% ਯਾਨੀ ਕਿ 70% ਭਾਗ ਪਾਣੀ ਨਾਲ ਢਕਿਆ ਹੈ ਇਸ ਵਿੱਚ ਸਿਰਫ 2.5 ਯਾਨੀ 2.5% ਫਿਜ਼ੀ ਪਾਣੀ ਪੀਣ ਯੋਗ ਹੈ ਵਰਤਮਾਨ ਸਮੇਂ ਵਿੱਚ ਜਲ ਸੰਕਟ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਧਰਤੀ ਤੇ ਵੀ ਜ਼ਮੀਨ ਧਰਤੀ ਤੇ ਵੀ ਜੀਵਨ ਇਸ ਲਈ ਸੰਭਵ ਹੈ ਕਿਉਂਕਿ ਧਰਤੀ ਤੇ ਪਾਣੀ ਹੈ ਬਾਕੀ 8 ਗ੍ਰਹਿਾਂ ਤੇ ਪਾਣੀ ਨਹੀਂ ਹੈ ਪੀਣ ਯੋਗ ਪਾਣੀ ਬਹੁਤ ਘੱਟ ਹੈ ਇਸ ਲਈ ਸਾਨੂੰ ਇਸ ਦੀ ਵਰਤੋਂ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ ਬੇਸ਼ੱਕ ਮਨੁੱਖ ਬਾਕੀ ਜੀਵਾਂ ਨਾਲੋਂ ਬਿਹਤਰ ਦਿਮਾਗ ਹੈ ਪਰ ਪਾਣੀ ਦੀ ਦੁਰਵਰਤੋਂ ਬਿਨਾਂ ਕੁਝ ਸੋਚੇ ਸਮਝੇ ਕਰ ਰਿਹਾ ਹੈ ਮਨੁੱਖ ਭੋਜਨ ਬਿਨਾਂ ਤਾਂ ਜਿੰਦਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਜਿਉਂਦੇ ਨਹੀਂ ਰਹਿ ਸਕਦੇ ਸਿਰਫ ਮਨੁੱਖ ਦੀ ਹੀ ਨਹੀਂ ਸਗੋਂ ਪਾਣੀ ਬਨਸਪਤੀ, ਪੇੜ-ਪੌਦਿਆਂ ਅਤੇ ਪਸ਼ੂਆਂ ਨੂੰ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਮਨੁੱਖ ਆਪਣੀਆਂ ਗਤੀਵਿਧੀਆਂ ਕਾਰਨ ਜਲ ਨੂੰ ਦੂਸ਼ਿਤ ਕਰਦਾ ਜਾ ਰਿਹਾ ਹੈ ਅਤੇ ਅਣਗੈਲੀ ਨਾਲ ਪਾਣੀ ਦੇ ਦੁਰਵਰਤਕ ਕਰ ਰਿਹਾ ਹੈ ਇਹ ਪੂਰੇ ਚਸ਼ਪਰਾ ਮੁੱਦਾ ਹੈ ਇਸ ਨੂੰ ਗੰਭੀਰਤਾ ਨਾਲ ਲੈ ਜਾਣਾ ਚਾਹੀਦਾ ਹੈ ਪਾਣੀ ਬਚਾਉਣ ਲਈ ਚੁੱਕੇ-ਚੁੱਕੇ ਰਏ ਛੋਟੇ-ਛੋਟੇ ਕਦਮ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਹੋਣਗੇ ਇਸ ਲਈ ਪਾਣੀ ਨੂੰ ਬੜੀ ਹੀ ਸਮਝਦਾਰੀ ਨਾਲ ਵਰਤ ਕੇ ਅਸੀਂ ਅਗਲੀਆਂ ਪੀੜ੍ਹੀਆਂ ਲਈ ਵੀ ਇਹ ਅਨਮੋਲ ਦਾਤ ਰੱਖ ਸਕਦੇ ਹਾਂ ਤਾਂ ਅੱਜ ਦੀ ਵੀਡੀਓ ਲਈ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਮਿਲੂਗਾ ਨੈਕਸਟ ਵੀਡੀਓ ਵਿੱਚ ਇਸ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ